ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਚੈਨਲ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਣਾ ਨਾ ਭੁੱਲੋ। ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਗੱਲ ਕਰਾਂਗੇ ਬਹੁਤ ਵੱਡੀ ਅਪਡੇਟ ਜਿਹੜੀ ਪੰਜਾਬੀ ਜਾਗਰਣ ਦੇ ਨਿਊਜ਼ਪੇਪਰ ਨੇ ਲੈ ਕੇ ਆਏ ਨੇ। ਬਹੁਤ ਸਾਰੇ ਸਟੂਡੈਂਟ ਇਹ ਚਿੰਤਾ ਦੇ ਵਿੱਚ ਸੀ ਕਿ ਉਹਨਾਂ ਦਾ ਪੰਜਾਬ ਪੁਲਿਸ ਦਾ ਫਿਜ਼ੀਕਲ ਕਦੋਂ ਹੋਵੇਗਾ, ਤਾਂ ਉਸਦੀ ਸਾਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਫਿਜ਼ੀਕਲ ਟੈਸਟ 10 ਨਵੰਬਰ ਤੋਂ ਸ਼ੁਰੂ ਹੈ ਜੀ। PAP ਵਿੱਚ ਸ਼ੁਰੂ ਹੈ, PAP ਦੇਖੋ ਗਰਾਊਂਡ ਦਾ ਨਾਮ ਵੀ ਹੈ। ਇਸ ਸੰਬੰਧ ਵਿੱਚ IGP ਸੈਕਿੰਡ ਜਿਹੜੇ ਕਿ IGP 2 PAP ਨੇ PGEP, ਠੀਕ ਹੈ ਜੀ, PAP ਦੇ 3 ਮੈਦਾਨ ਰੱਖੇ ਗਏ ਨੇ ਜਿਨ੍ਹਾਂ ਵਿੱਚ ਤੁਹਾਡੀ ਹੋਵੇਗੀ ਫਿਜ਼ੀਕਲ ਟੈਸਟ। ਨੀਚੇ ਚੱਲਦੇ ਹਾਂ ਜੀ ਆਪਾਂ, ਨੀਚੇ ਕੀ ਆ ਸਾਰੇ ਦਸਤਾਵੇਜ਼ ਵਿੱਚ ਦੱਸਿਆ ਹੋਇਆ। ਪੰਜਾਬੀ ਜਾਗਰਣ ਕੇਂਦਰ ਜਲੰਧਰ, ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਕੇਡਰ ਅਤੇ ਆਰਮ ਕੇਡਰ ਲਈ ਕਾਂਸਟੇਬਲਾਂ ਦੀ ਭਰਤੀ ਲਈ ਲਿਖਤ ਟੈਸਟ ਪੇਪਰ ਪਾਸ ਕਰ ਚੁੱਕੇ ਉਮੀਦਵਾਰਾਂ ਜਾਂ ਕੈਂਡੀਡੇਟਾਂ ਸਰੀਰਕ ਮਾਪਦੰਡ ਅਤੇ ਫਿਜ਼ੀਕਲ ਸਕਰੀਨਿੰਗ ਦਸਤਾਵੇਜ਼ ਦੀ ਵੈਰੀਫਿਕੇਸ਼ਨ ਜਲੰਧਰ ਦੇ PAP ਕੈਂਪਸ ਦੇ ਵਿੱਚ 10 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ, ਇੱਥੇ ਲਿਖਿਆ ਹੋਇਆ ਜੀ ਧਿਆਨ ਦੇਣਾ, 10 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਹੋਵੇਗਾ। ਇਸ ਸੰਬੰਧ ਵਿੱਚ IGP ਸੈਕਿੰਡ PAP ਨੇ PAP ਦੇ 3 ਮੈਦਾਨ ਰਾਖਵੇਂ ਰੱਖੇ ਹੋਏ ਨੇ, ਇਸ ਕਰਕੇ ਇਹ ਪ੍ਰਕਿਰਿਆ ਜਲਦੀ ਹੀ ਤੁਹਾਡੀ ਹੋ ਜਾਵੇਗੀ। ਬਹੁਤ ਜ਼ਰੂਰੀ ਅਪਡੇਟ ਸੀ, ਨੋਟੀਫਿਕੇਸ਼ਨ ਵੀ ਇਹਦੇ ਵਿੱਚ ਹੈ ਤੁਹਾਡਾ ਕਦੋਂ ਫਿਜ਼ੀਕਲ ਹੋ ਸਕਦਾ। ਆਪਣੇ ਜਿੰਨੇ ਵੀ ਸਟੂਡੈਂਟ ਆ ਆਪਣੇ ਤਿਆਰੀ ਰੱਖਣਾ, ਕਿਉਂਕਿ ਕਿੰਨੇ ਨਵੰਬਰ ਤੋਂ ਲੈ ਕੇ 10 ਨਵੰਬਰ ਤੋਂ ਲੈ ਕੇ 26 ਨਵੰਬਰ ਦੇ ਵਿੱਚ ਫਿਜ਼ੀਕਲ ਟੈਸਟ ਹੋਵੇਗਾ, ਕਿਉਂਕਿ ਕਾਫੀ ਸਟੂਡੈਂਟ ਨੇ, ਕਾਫੀ ਦਿਨ ਲੱਗਣੇ ਨੇ। ਇਸ ਕਰਕੇ ਤੁਹਾਡਾ ਕਦੋਂ ਵੀ ਹੋ ਸਕਦਾ, ਜਿੰਨੇ ਵੀ ਸਟੂਡੈਂਟ ਆ ਤਿਆਰੀ ਕਰ ਰਹੇ ਨੇ, ਆਪਣੀ ਰਨਿੰਗ ਕਰ ਰਹੇ ਨੇ ਸਕਰੀਨਿੰਗ ਦੇ ਲਈ, ਫਿਜ਼ੀਕਲ ਸਕਰੀਨਿੰਗ ਦੇ ਲਈ, ਉਹ ਪ੍ਰਪੇਅਰ ਹੋ ਜਾਣ। ਜਿੰਨੇ ਵੀ ਪੰਜਾਬ ਪੁਲਿਸ ਦਾ ਪੇਪਰ ਕਲੀਅਰ ਕਰ ਚੁੱਕੇ ਆ ਜਾਂ ਉਹਨਾਂ ਨੂੰ ਐਸਟੀਮੇਟ ਆ, ਫਿਲਹਾਲ ਹਜੇ ਕੋਈ ਵੀ ਰਿਜ਼ਲਟ ਨਹੀਂ ਆਇਆ, ਬਟ ਐਸਟੀਮੇਟ ਲੈ ਕੇ ਚੱਲ ਰਹੇ ਨੇ। ਜਿੰਨੇ ਵੀ ਸਟੂਡੈਂਟ ਆਪਣੀ ਤਿਆਰੀ ਰੱਖੋ, ਆ ਦਿਨਾਂ ਦੇ ਵਿੱਚ ਆਫਟਰ ਦਿਵਾਲੀ ਤੋਂ ਆਫਟਰ ਦਿਵਾਲੀ ਤੱਕ ਸਾਰਾ ਰਿਜ਼ਲਟ ਤੁਹਾਨੂੰ ਮਿਲ ਜਾਵੇਗਾ, ਵਿਦ ਅਲੱਗ ਅਲੱਗ ਮੈਰਿਟ ਕੈਟਾਗਰੀ ਵਾਈਜ਼ ਮੈਰਿਟ ਲਿਸਟ ਤੁਹਾਨੂੰ ਮਿਲੇਗੀ, ਕਿਸ ਕਿਸ ਨੇ ਕੈਂਡੀਡੇਟ ਨੇ ਪਾਸ ਕੀਤਾ, ਜਲਦੀ ਉਸਦੀ ਮੈਰਿਟ ਬਣੇਗੀ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਲੱਗ ਵੀਡੀਓ ਦੇ ਨਾਲ। ਤਾਂ ਜਿੰਨੇ ਵੀ ਸਟੂਡੈਂਟ ਆ, ਲੱਗਦਾ ਹੈ ਸਾਡਾ ਕਲੀਅਰ ਹੋ ਜਾਵੇਗਾ ਪੇਪਰ, ਤਿਆਰੀ ਕਰ ਰਹੇ ਨੇ, ਤਾਂ ਹੁਣ ਫਿਰ ਖਿੱਚ ਕੇ ਤਿਆਰੀ ਕਰੋ ਤਾਂ ਜੋ ਕੋਈ ਵੀ ਦਿੱਕਤ ਤੁਹਾਨੂੰ ਨਾ ਆਵੇ, ਜਲਦੀ ਜਲਦੀ ਤੁਸੀਂ ਤਿਆਰੀ ਕਰੋ। ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਇਸ ਵੀਡੀਓ ਦੇ ਰਿਗਾਰਡਿੰਗ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। JV ਸਟੇਸ਼ਨ ਇੰਸਟਾਗ੍ਰਾਮ ਅਕਾਊਂਟ ਦਾ ਤੁਹਾਨੂੰ ਲਿੰਕ ਮਿਲ ਜਾਏਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ, ਜਾਂ ਫਿਰ ਸਾਨੂੰ ਇਸ ਵੀਡੀਓ 'ਤੇ ਕਮੈਂਟ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਇਨਕੁਆਇਰੀ ਹੋਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਜਾਂਦੇ ਜਾਂਦੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਜੋ ਇਸ ਤਰ੍ਹਾਂ ਦੇ ਅਸੀਂ ਅਪਡੇਟ ਤੁਹਾਡੇ ਨਾਲ ਸ਼ੇਅਰ ਕਰੀਏ।